ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। मैं सुखविंदर सिंह सन ऑफ सवरन सिंह अपने पूरे होश हवाल दे विच ये बयान दिना कि मेरे प्यो ने, मेरे भरा ने, मेरी भैन ने, साडे जवाई ने मैनू बड़ा दुखी किया, मेरी जनानी नू बड़ा दुखी किया। ही किसे नू दस नहीं सकते, साडे नाल मार कटाई करते आ। मेरे यारां दोस्तां ते परचा दिता, मेरे ते परचा दिता, उत्तों पुलिस वाले धमकियां दिंदे आ, कहिंदे तुहानूं अंदर कर देना, भाजो घरे। प्रशासन ने साडी कोई मदद नहीं की, चौंकी वाले एक नंबर थाने वाले ने कोई मदद नहीं की। अज मैं दुखी हो के कदम चुकन लगा अपने प्यो तो, अपने भरा काले तो, बिट्टू तो, जिहड़ा साडा जवाई आ, मेरी वड्डी भैण किंदू, उस तो दुखी हो के मैं अज ये कम करना चाहुंदा। मेरी जनानी मेरा साथ दिंदी आ, पर उन्हें भी माड़ा चंगा बोल दे, मेरे दोस्तों भी माड़ा चंगा बोल दे, प्रमोद नू, मिठू नू, मेरी मौत दे जिम्मेवार वह सारा मेरा टब्बर आ। मेरे यारां दोस्तों से कोई कार्रवाई ना की जाए, ना मेरी जनानी ते की जाए कोई कार्रवाई। मेरी मौत दे जिम्मेवार मेरा प्यो, मेरा भरा काला, बिट्टू, मेरी भैन बड्डी, यह जिम्मेवार होणगे। हाथी पै रहे सत पमे ते पानी पाता, तू तो लड़िया सी ते बाद वी उत्थे गई आ ठाणे। किन्ने दिन पुरानी गल है? अज दी गल है, अज ही होया ता जो दवाई पहली लड़ाई जड़ी होई, बहुत चिर हो गया। दवाई ना कदों खादी? दवाई पता नहीं अज ही खादी, बाहरों ही खा के आए, पता नहीं बाहरों ही खा के आए, बाहरों खा के घरे आए सीगे। ये किन्ने बजे दी गल है? घरे आए जदों सवेर दी गल। सवेरे? हांजी। 9 ठीक हो? की नाम है तुहाडा? ਹਸਪਤਾਲ ਪਤਾ ਨੀ ਕੀ ਕਰਵਾ ਕੇ ਗਏ ਸਾਡੇ ਬਾਰੇ, ਮੇਰਾ ਪਸਾਰਨ ਕੇ ਘਰੋਂ ਕੱਢ ਦੇਣਗੇ, ਉਹਦਾ ਕਰਕੇ ਦਵਾਈ ਖਾ ਲਈ ਆ। ਕੀ ਕਿਹਦਾ ਕਿਹਦਾ ਨਾਮ ਤੁਸੀਂ ਲੈਣੇ ਪਏ ਆ? ਸਵਰਨ ਸਿੰਘ ਤੇ ਖਾਲਾ ਜਸਵੀਰ। ਇੱਕ ਵਿੱਚ ਜੀਜਾ ਵੀ ਆ ਤੁਹਾਡੇ? ਕਹਿੰਦੇ ਬਿੱਟੂ। ਠੀਕ ਆ ਜੀ। ਕੀ ਤੁਹਾਡਾ ਕੀ ਨਾਮ ਹੈ? ਮਨਪ੍ਰੀਤ। ਤੁਸੀਂ ਵਾਈਫ ਆ ਨਾ ਉਹਨਾਂ ਦੇ? ਇਨਫੋਰਮੇਸ਼ਨ ਮਿਲੀ ਸੀ ਕਿ ਸੁਖਵਿੰਦਰ ਸਿੰਘ ਵਾਸੀ ਜਿੰਦਾ ਗੁਰਬਚਨ ਨਗਰ ਜਿੰਦਾ ਰੋਡ ਤੇ ਹੈਗਾ, ਉਹਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ ਤੇ ਸਿਵਲ ਹਸਪਤਾਲ ਲਿਆਂਦਾ ਉਹਨਾਂ ਨੂੰ। ਜਦੋਂ ਇੱਥੇ ਆ ਕੇ ਪਤਾ ਕੀਤਾ ਤਾਂ ਉਹਦੀ ਮਿਸਜ, ਉਹਦੀ ਜਿਹੜੀ ਘਰਵਾਲੀ ਆ ਉਹ ਮਿਲੀ ਆ ਸਾਨੂੰ ਮਨਪ੍ਰੀਤ। ਉਹਨੇ ਸਾਨੂੰ ਦੱਸਿਆ ਕਿ ਉਹਦੀ ਇੱਕ ਨਨਾਣ ਆ, ਇੱਕ ਉਹਦਾ ਜੋ ਉਹਨਾਂ ਦਾ ਹੀ ਨਨਾਣ ਵਈ ਆ ਜਿਹੜਾ ਉਹਨਾਂ ਨੂੰ ਬੋਈ ਆ, ਭਰਾ ਅਤੇ ਸਹੁਰਾ ਉਹਨਾਂ ਨੂੰ ਤੰਗ ਕਰਦੇ ਸੀ ਘਰ ਦੀ ਵੰਡ ਨੂੰ ਲੈ ਕੇ, ਪਰ ਉਹਦੇ ਪਤੀ ਨੇ ਅੱਜ ਕਹਿੰਦੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਸੁਸਾਈਡ ਕਰ ਲਏ। ਸਰ ਜਿਹੜੀ ਪਤੀ ਨੇ ਵੀਡੀਓ ਦਿੱਤੀ ਹੈਗੀ ਸਰ, ਉਹਦੇ ਵਿੱਚ ਬਿਆਨ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਨੰਬਰ ਚੌਂਕੀ ਵਾਲਿਆਂ ਨੇ ਸਾਡੀ ਸੁਣਵਾਈ ਨਹੀਂ ਕੀਤੀ, ਪਹਿਲੇ ਵੀ ਅਸੀਂ ਦਰਖਾਸਤ ਦੇ ਚੁੱਕੇ ਹਾਂ। ਚਲੋ ਇਹਦੇ ਬਾਰੇ ਹਜੇ ਰੀਸੈਂਟਲੀ ਮੈਂ ਵੀਡੀਓ ਦੇਖ ਲੈਂਦਾ, ਵੀਡੀਓ ਦੇਖ ਕੇ ਅਸੀਂ ਉਹਦੇ ਬਾਰੇ ਕੋਈ ਦੱਸ ਸਕਦੇ ਹਾਂ, ਪਰ ਸਾਨੂੰ ਜਿਹੜੀ ਇਨਫੋਰਮੇਸ਼ਨ ਇਹੀ ਹੈ ਕਿ ਉਹਨੇ ਇੱਥੇ ਆਏ ਆ। ਇਹ ਵੀ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਥੋੜ੍ਹਾ ਬਹੁਤ ਕਲੇਸ਼ ਹੋਇਆ ਸੀਗਾ, ਦਰਖਾਸਤਾਂ ਵਗੈਰਾ ਦੇਣ ਲਈ ਆਏ ਸੀ ਅਤੇ ਮੈਡੀਕਲ ਕਰਾਉਣ ਲਈ ਸਿਵਲ ਹਸਪਤਾਲ ਆਏ ਸੀਗੇ ਦੋਨੋਂ ਪਾਰਟੀਆਂ, ਜਾਂ ਕੋਈ ਇੱਦਾਂ ਦੀ ਗੱਲ ਤਸਦੀਕ ਨਹੀਂ ਹੋਈ। ਇਹ ਗੱਲ ਕਲੀਅਰ ਕਰਕੇ ਹੀ ਪਤਾ ਲੱਗੂਗੀ ਕਿ ਐਕਚੁਅਲੀ ਗੱਲ
ਸਰ ਕੋਈ ਬੰਦਾ ਵੀ ਫੜ ਹੋਇਆ ਕਹਿੰਦੇ ਹਾਂਜੀ ਹਾਂਜੀ ਅਸੀਂ ਉਹਦੇ ਵਾਸਤੇ ਕਰ ਰਹੇ ਹਾਂ ਹੁਣ ਜੋ ਸਟੇਟਮੈਂਟ ਉਹਦੀ ਘਰ ਵਾਲੀ ਮਨਪ੍ਰੀਤ ਦੇ ਰਹੀ ਹੈ ਉਹਦੇ 'ਤੇ ਜੋ ਵੀ ਕਾਰਵਾਈ ਐਫ ਆਈ ਆਰ ਬਣਦੀ ਕਰਕੇ ਅਤੇ ਅਸੀਂ ਬੰਦਾ ਜਿਹੜਾ ਵੀ ਜਿਹੜੇ ਜਿਨ੍ਹਾਂ ਦੇ ਖਿਲਾਫ਼ ਉਹ ਦੱਸਦੇ ਨੇ ਕੋਈ ਵੀਡੀਓ ਵਾਇਰਲ ਕੀਤੀ ਹੈ ਉਹਨੂੰ ਦੇਖ ਕੇ ਜਾਂ ਜੋ ਬਿਆਨਾਂ ਦੇ ਵਿੱਚ ਜਿਹੜੇ ਬੰਦੇ ਲਿਖਾਣਗੇ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ। Please subscribe our channel for more updates. You can follow us Twitter and Facebook.